ਅੰਮ੍ਰਿਤਸਰ ਪੁਲਿਸ ਨੇ ਲੋਕਾਂ ਤੋਂ ਮਹਿੰਗੇ ਮੋਬਾਈਲ ਖੋਹਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ 7 ਮੋਬਾਈਲ ਅਤੇ 1 ਸਕੂਟਰੀ ਬਰਾਮਦ ਕੀਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਗੁਰਪ੍ਰੀਤ ਸਿੰਘ ਡਾਕੂ, ਜਿਸਦੀ ਕਿ ਛਿਆਟਾ ਇਲਾਕੇ ਵਿੱਚ ਪੂਰੀ ਦਹਿਸ਼ਤ ਮੰਨੀ ਜਾਂਦੀ ਹੈ, ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ADCP ਲਖਬੀਰ ਸਿੰਘ ਨੇ ਦੱਸਿਆ ਹੈ ਕਿ ਕਾਫੀ ਦਿਨਾਂ ਤੋਂ ਅੰਮ੍ਰਿਤਸਰ ਦੇ ਛਿਆਟਾ ਇਲਾਕੇ 'ਚ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਸਨ, ਜਿਸ ਦੇ ਚੱਲਦੇ ਉਹਨਾਂ ਨੇ ਨਾਕੇਬੰਦੀ ਕਰਕੇ ਇਸ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 5 ਮੈਂਬਰਾਂ ਨੂੰ ਕਾਬੂ ਵੀ ਕਰ ਲਿਆ ਹੈ। ਇਹ ਸਾਡੇ ਵੈਸਟ ਸਬ ਡਿਵੀਜ਼ਨ ਵੱਲੋਂ ਚੋਰਾਂ ਨੂੰ ਕਾਬੂ ਕੀਤਾ ਗਿਆ ਜੀ। ਜਿਹੜੇ ਮੋਬਾਈਲ ਸਨੈਚਰ ਹੈਗੇ ਸੀਗੇ ਉਹਦੇ 3 ਵੱਖ-ਵੱਖ ਕੇਸ ਅਸੀਂ ਟਰੇਸ ਕਰਕੇ, ਜਿਹੜੇ 7 ਤੁਹਾਡੇ ਸਾਹਮਣੇ ਮੋਬਾਈਲ ਹੋਏ ਨੇ ਇਹ ਕਾਬੂ ਕੀਤੇ ਨੇ। ਚੋਰੀ ਦੀ ਐਕਟਿਵ ਉਹ ਬਰਾਮਦ ਕੀਤੀ ਇਹਨਾਂ ਕੋਲ। ਇਹ ਮੁੱਢਲੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਵੀ 2 ਪਰਚੇ ਤਾਂ ਸਾਡੇ ਕੋਲ 217 ਨੰਬਰ ਅਤੇ 228 ਨੰਬਰ ਛਿਆੜਾ ਥਾਣੇ ਦੇ ਹੈਗੇ ਨੇ, ਜਿਹਨਾਂ ਦੇ ਵਿੱਚ ਇਹਨਾਂ ਨੇ ਸਨੈਚਿੰਗ ਕੀਤੀ ਹੋਈ ਸੀ, ਜਿਹਨਾਂ ਵਿੱਚ ਇਹਨਾਂ ਦੀ ਜਿਹੜੀ ਰਿਕਵਰੀ ਵੀ ਹੋ ਚੁੱਕੀ ਹੈ, ਮੋਬਾਈਲ ਵੀ ਹੈਗੇ ਆ। ਜੋ ਜਿਹੜੇ ਪਰਚੇ ਸੀਗੇ ਜਿੱਥੇ ਜਿੱਥੇ ਖੋਹ ਹੋਈ ਆ ਉਹਨੂੰ ਮੌਕੇ ਮੁਤਾਬਕ ਕੋਰਾਬੋਰੇਟ ਵੀ ਕਰ ਦਿੱਤਾ ਗਿਆ। ਇਹਦੇ 'ਚ ਜਿਹੜੇ ਬੰਦੇ ਹੈਗੇ ਅਸੀਂ ਕਾਬੂ ਕੀਤੇ, ਉਹਨਾਂ 'ਚ ਗੁਰਪ੍ਰੀਤ ਗੋਪੀ ਔਰ ਡਾਕੂ ਚੋਰੀਆਂ ਕਰਦੇ ਫੜੇ ਗਏ। ਅੱਜ ਕੱਲ੍ਹ ਇਹਦਾ ਡਾਕੂ, ਇਹਦਾ ਇਲਿਆਸ ਹੈ, ਡਾਕੂ ਨਾਂ ਰੱਖਿਆ ਇਹਨੇ ਆਪਣਾ, ਅਦਰਵਾਈਜ਼ ਇਹ ਗੁਰਪ੍ਰੀਤ ਸਿੰਘ ਦਾ ਨਾਂ। ਡਾਕੂ ਦਾ ਹਾਂ ਇਸ ਇਲਾਕੇ ਦੇ ਵਿੱਚ ਬੋਲਬਾਲਾ ਹੈਗਾ ਸੀ, ਬੜੀ ਮੁਸ਼ਕਲ ਤੋਂ ਬਾਅਦ ਸਾਡੀਆਂ ਟੀਮਾਂ ਦੇ ਕਾਬੂ ਆਇਆ ਜੀ। ਉਹ ਤਫਤੀਸ਼ ਕਰ ਰਹੇ ਹਾਂ ਜੀ, ਇਹਨਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਜੋ ਪੁਰਾਣੇ ਕੇਸ ਹੋਏ ਉਹ ਵੀ ਕੱਢੇ ਜਾਣਗੇ ਜੋ ਸਾਹਮਣੇ ਆਏ। ਪੁਲਿਸ ਮੁਤਾਬਕ ਫੜੇ ਗਏ ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ। ਬਿਊਰੋ ਰਿਪੋਰਟ, ਪੰਜਾਬ ਟੂਡੇ।